अस्सलाम वालेकुम, सत श्री अकाल। अज तुहानू मैं ये दिखान लगा जे कि पिंडां दे डिवीजन किस तरह की गोरियां ने। तीन पिंडां दा तरहट्टा इहनू कहिंदे, तरहट्टा कहिंदे उह पत्थर हैगा जिहड़ा तिन्नां पिंडां दी निशानदेही करदा और उहनां दी हदबंदी दा दसदा हैगा। ते आओ फिर असीं आ हुण देखदे हां। सुहेल साहब ने सानू दसणगे जी कि जी हाँ जी यह कहड़ा पत्थर है जी, ये किस तरह तिना पिंडा नू तकसीम करदा दी हदबंदी। ये जिहड़ा पत्थर है ये तीन पिंड 40 जीडी रापुर आ कुतर जिहड़ी है 40 जीडी रापुर दा रकबा वा आज निकल के चुक ली असीं मोटरसाइकिल। ये कहड़ा 40 जीडी रापुर दा रकबा वा ए जी? 40 जीडी रापुर दा रकबा जी। ਇਹ ਜਿਹੜਾ ਇਹਦੇ ਨਾਲ ਆ ਗਿਆ ਇਸ ਸਾਈਡ ਤੇ ਬੰਨੇ ਦੇ ਇਹ ਹੈਗਾ ਵਾ 38 ਜੀਡੀ ਜੰਗਪੁਰ ਦਾ ਰਕਬਾ। ਲੋ ਜੀ ਇਹ 38 ਜੀਡੀ ਜੰਗਪੁਰ ਦਾ ਰਕਬਾ, ਇਹ ਜੰਗਪੁਰ ਦਾ ਰਕਬਾ ਆ ਗਿਆ ਜੀ। ਆਹ ਜਿਹੜੀ ਜ਼ਮੀਨ ਆ ਜਿਹਦੇ ਵਿੱਚ ਮੱਕੀ ਲੱਗੀ ਹੋਈ ਆ ਜਿਹਦੇ ਵਿੱਚ ਪੱਥਰ ਪਿਆ ਵਾ, ਇਹ ਹੈਗਾ 35 ਜੀਡੀ ਚੱਖੜ ਦਾ ਰਕਬਾ। ਲੋ ਜੀ ਇਹ ਸੁਹੇਲ ਸਾਹਿਬ ਦੱਸਦੇ ਪਏ ਆ ਕਿ ਇਹ 35 ਜੀਡੀ ਚੱਖੜ ਦਾ ਰਕਬਾ ਦੇ ਤੇ ਆ ਪੱਥਰ ਹੈਗਾ। ਕੁਤਰ ਕਹਿ ਲੋ ਇਹਨੂੰ, ਇਹ ਬਾਂਦੀ ਕੁਤਰ ਹੀ ਬਾਂਦੀ ਹੈਗੀ। ਇਹ 40 ਜੀਡੀ ਰਾਪੁਰ, ਇਹ ਨਾਲ ਆ ਕਿਹੜਾ ਜੀ? ਇਹ ਤੇ ਇਹ ਵਾਲਾ ਆ ਹੈਗਾ 38 ਜੀਡੀ ਯੰਗਪੁਰ। ਇਹ ਤਿੰਨੋਂ ਪਿੰਡ ਕਿਹੜੇ ਜੀ? ਇਹ ਬਾਦਗਾਰਾਂ ਦੇ ਸੀ, ਇਹ ਜਿੱਥੇ ਮੈਂ 38 ਜੀਡੀ 'ਚ ਹੈਗਾ। ਇਹ ਲੋਕ ਕਿਹੜੇ ਸੀ? ਜਲੰਧਰ ਤੋਂ ਆਏ ਸੀ ਅਤੇ ਵਾਪਸ ਜਲੰਧਰ ਹੀ ਚਲੇ ਗਏ ਜੀ। ਇਹ ਰਾਪੁਰ ਵਾਲੇ ਕਿਹੜੇ? ਇਹ ਮੁਖਤਲਿਫ ਜ਼ਿਲ੍ਹਿਆਂ 'ਚੋਂ ਆਏ, ਰਾਈ ਹੈਗੇ, ਕੋਈ ਲਾਹੌਰੀਏ ਕਹਿੰਦੇ, ਕੋਈ ਹਿਸਾਰ ਦੇ ਲੋਕ ਇੱਥੇ ਇਸ ਪਿੰਡ 'ਚ ਹੈਗਾ 40 ਜੀਡੀ ਰਾਪੁਰ। ਇਹ ਕਿਹੜੇ? ਝੱਖੜ ਹੈ ਜੀ 35 ਜੀਡੀ ਝੱਖੜਾਂ ਦਾ। ਇਹ ਉਹੀ ਲੋਕ ਪੁਰਾਣੇ ਇੱਥੇ ਰਹਿ ਰਹੇ ਹੈਗੇ। ਅਤੇ ਕਮਾਲ ਹੈਗੀ ਇਹਦੀ ਗੋਰੇ ਦੀ, ਕਿਹੜਾ ਗੋਰਾ ਸੀ ਕਦੋਂ ਬ੍ਰਿਟਿਸ਼ ਰਾਜ ਸੀ ਉਹਨੇ ਹੀ ਹੱਦਬੰਦ ਇਹ ਕੀਤੀਆਂ, ਜ਼ਮੀਨਾਂ ਦੀ ਪੈਮਾਇਸ਼ ਕੀਤੀ, ਮੁਰੱਬੇਬੰਦੀਆਂ ਕੀਤੀਆਂ, ਔਰ ਅੱਜ ਅਸੀਂ ਕਿਹੜਾ ਇੱਥੇ ਤਕਸੀਮ ਕਿਹੜੀ ਹੈਗੀ ਜਾਂ ਕਿਹੜੇ ਹੱਦਬੰਦੀ। ਇਹ ਜੀ ਸੁਹੇਲ ਸਾਹਿਬ ਆ ਰਹੇ ਜਿਨ੍ਹਾਂ ਨੇ ਸਾਨੂੰ ਦੱਸਿਆ, ਔਰ ਇੱਥੇ ਇਹਨਾਂ ਦੀ ਵੀ ਇਹ ਜ਼ਮੀਨ ਹੈਗੀ। ਹਾਂਜੀ ਹਾਂਜੀ, ਅਸੀਂ ਇਹੋ ਜਿਹੀਆਂ ਤੁਹਾਨੂੰ ਦਿਲਚਸਪ ਇਹ ਦੇਖੋ ਜੀ, ਇਹ 35 ਜੀਡੀ ਹੈਗਾ ਜੀ, ਇਹ ਪਿੰਡ ਨਜ਼ਰ ਆ ਰਿਹਾ। ਅਤੇ ਇਹ ਕਿਹੜੇ? ਇਹ ਯੰਗਪੁਰ ਤੋਂ ਆ ਰਹੇ। ਉਹ ਦਰਖਤ ਕਿੱਥੇ ਨਜ਼ਰ ਆ ਰਿਹਾ? ਉੱਥੇ ਟਿੱਬੀ ਹੁੰਦੀ ਸੀ ਜਿਹੜਾ ਹੁਣ ਉੱਥੇ ਕਬਰਿਸਤਾਨ ਹੈਗਾ। ਲਓ ਜੀ ਇਹ ਅੱਜ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹ ਦੱਸਣਾ ਸੀਗਾ। ਇਹ ਇੱਕ ਵਾਰੀ ਫਿਰ ਤੁਹਾਨੂੰ ਪੱਥਰ ਦਿਖਾਉਂਦਾ ਜੀ। ਇਹ ਦੇਖੋ ਜੀ, ਇਹ ਤਿੰਨਾਂ ਪਿੰਡਾਂ ਦੀ ਹੱਦ ਹੈਗੀ ਇੱਥੇ। ਲਓ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ।